ਉਹਦੇ ਜਾਣ ਤੋਂ ਬਾਅਦ ਉਹਦੇ ਕੰਮਾਂ ਨੂੰ ਅੱਗੇ ਵਧਾ ਕੇ ਖੁਸ਼ੀ ਵੀ ਮਿਲਦੀ ਹੈ। ਇਹ ਚੀਜ਼ ਹੈ ਵੀ ਜਿਹੜਾ ਇਹ ਕਲਾਕਾਰ ਹੈ ਇਹ ਨਾਈਜੀਰੀਅਨ ਮੂਲ ਹੈ ਅਤੇ ਇਹਨਾਂ ਨੂੰ ਇਹ ਭਾਵੇਂ ਸਿੱਧੂ ਨਹੀਂ ਰਿਹਾ ਪਰੰਤੂ ਆਪਾਂ ਉਹਦਾ ਪਿੰਡ ਉਹਦੇ ਖੇਤ ਉਹਦੀ ਸਮਾਧ ਉਹਦਾ ਘਰ ਉਹ ਆਪਣੇ ਵੀਡੀਓ ਰਾਹੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ। ਮੈਨੂੰ ਪਿੱਛੇ ਹੋ ਦੋਨੋਂ ਗੱਲਾਂ ਹੀ ਨੇ ਸ਼ੂਟਿੰਗ ਹੋਈ ਹੈ ਹੈ ਨਾ ਬੇਟੇ ਵੱਲੋਂ ਚਲਾਇਆ ਹੋਇਆ ਜਿਹੜਾ ਕਾਫਲਾ ਅੱਗੇ ਤੁਰਿਆ ਉਹਦੇ ਜਾਣ ਤੋਂ ਬਾਅਦ ਉਹਦੇ ਕੰਮਾਂ ਨੂੰ ਅੱਗੇ ਵਧਾ ਕੇ ਖੁਸ਼ੀ ਵੀ ਮਿਲਦੀ ਹੈ ਕਿਤੇ ਨਾ ਕਿਤੇ ਜਾ ਕੇ ਉਹਦੀ ਕਮੀ ਮਹਿਸੂਸ ਵੀ ਹੁੰਦੀ ਹੈ ਕਿਉਂਕਿ ਜੋ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਰੌਣਕ ਮੇਲਾ ਚਾਰ ਚੁਫੇਰੇ ਜੇਕਰ ਉਹ ਆਪ ਹੁੰਦਾ ਤਾਂ ਕੁਛ ਹੋਰ ਹੀ ਗੱਲਾਂ ਹੋਣੀਆਂ ਸੀ ਪਰ ਇਹ ਚੀਜ਼ ਹੈ ਵੀ ਜਿਹੜਾ ਇਹ ਕਲਾਕਾਰ ਹੈ ਇਹ ਨਾਈਜੀਰੀਅਨ ਮੂਲ ਹੈ ਯੂਕੇ ਰਹਿੰਦਾ TNBN ਇਹਦੇ ਨਾਲ ਸ਼ੁਭਦੀਪ ਨੇ ਪਹਿਲਾਂ ਕੰਮ ਕੀਤਾ ਸੀਗਾ ਸੈਲੀਬ੍ਰਿਟੀ ਕਿਲਰ ਸੌਂਗ ਕੀਤਾ ਸੀ ਇਹਦੇ ਨਾਲ ਕਲੈਬਰੇਸ਼ਨ ਉਹਨਾਂ ਨੇ ਕਰੀ ਸੀਗੀ ਤਾਂ ਇਹਦਾ ਵੀ ਸੁਪਨਾ ਸੀ ਵੀ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਉਹਨੇ ਨਾਈਜੀਰੀਅਨ ਗਾਣੇ ਦੇ ਵਿੱਚ ਕੰਮ ਕੀਤਾ ਔਰ ਇਹ ਸ਼ੁਭਦੀਪ ਨਾਲ ਪੰਜਾਬੀ ਗਾਣੇ 'ਚ ਕੰਮ ਕਰ ਚੁੱਕਿਆ ਇਸ ਤਰ੍ਹਾਂ ਦੋਨੇ ਸੱਭਿਅਤਾਵਾਂ ਦਾ ਮੇਲ ਇੱਕ ਦੋਵੇਂ ਕਲਚਰ ਇੱਕ ਦੂਸਰੀ ਕੰਟਰੀ ਨੂੰ ਵਿਖਾਉਣ ਲਈ ਇਸ ਗੱਲ ਦਾ ਮਦਦ ਮਿਲਦੀ ਹੈ ਔਰ ਇਹ ਰਲ ਮਿਲ ਕੇ ਪਹਿਲਾਂ ਵੀ ਕੰਮ ਕੀਤਾ ਸੀ ਇਹਨਾਂ ਨੇ ਅਤੇ ਇਹਨਾਂ ਨੂੰ ਇਹ ਭਾਵੇਂ ਸਿੱਧੂ ਨਹੀਂ ਰਿਹਾ ਪਰੰਤੂ ਆਪਾਂ ਉਹਦਾ ਪਿੰਡ ਉਹਦੇ ਖੇਤ ਉਹਦੀ ਸਮਾਧ ਉਹਦਾ ਘਰ ਉਹ ਆਪਣੇ ਵੀਡੀਓ ਰਾਹੀਂ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਹਾਂ ਵੀ ਕਿਉਂਕਿ ਉੱਧਰ ਵੀ ਲੋਕ ਸਿੱਧੂ ਨੂੰ ਲੋਕ ਬਹੁਤ ਪਿਆਰ ਕਰਦੇ ਆ ਗੋਰੇ ਕਾਲੇ ਵੀ ਕਰਦੇ ਤਾਂ ਇਹ ਉਸੇ ਲੜੀ ਨੂੰ ਅੱਗੇ ਵਧਾਉਣ ਦੀ ਖਾਤਰ ਅੱਜ ਇਹ ਸ਼ੂਟਿੰਗ ਇੱਥੇ ਰੱਖੀ ਗਈ ਸੀ ਕਾਫੀ ਦਿਨ ਦਾ ਪਏ ਨੇ ਤਾਂ ਸ਼ੂਟਿੰਗ ਲਈ ਆਸਾਨੀ ਹੋਊਗੀ ਥੋੜ੍ਹੀ ਸ਼ੂਟਿੰਗ ਹੋਈ ਹੈ ਨਾ ਬੇਟੇ ਵੱਲੋਂ ਚਲਾਇਆ ਹੋਇਆ ਜਿਹੜਾ ਕਾਫਲਾ ਅੱਗੇ ਤੁਰਿਆ ਉਹਦੇ ਜਾਣ ਤੋਂ ਬਾਅਦ ਉਹਦੇ ਕੰਮਾਂ ਨੂੰ ਅੱਗੇ ਵਧਾ ਕੇ ਖੁਸ਼ੀ ਵੀ ਮਿਲਦੀ ਹੈ ਕਿਤੇ ਨਾ ਕਿਤੇ ਜਾ ਕੇ ਉਹਦੀ ਕਮੀ ਮਹਿਸੂਸ ਵੀ ਹੁੰਦੀ ਹੈ ਕਿਉਂਕਿ ਜੋ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਰੌਣਕ ਮੇਲਾ ਚਾਰ ਚੁਫੇਰੇ ਜੇਕਰ ਉਹ ਆਪ ਹੁੰਦਾ ਤਾਂ ਕੁਛ ਹੋਰ ਹੀ ਗੱਲਾਂ ਹੋਣੀਆਂ ਸੀ ਪਰ ਇਹ ਚੀਜ਼ ਹੈ ਵੀ ਜਿਹੜਾ ਇਹ ਕਲਾਕਾਰ ਹੈ ਇਹ ਨਾਈਜੀਰੀਅਨ ਮੂਲ ਦਾ ਹੈ ਯੂਕੇ ਰਹਿੰਦਾ TNBN ਇਹਦੇ ਨਾਲ ਸ਼ੁਭਦੀਪ ਨੇ ਪਹਿਲਾਂ ਕੰਮ ਕੀਤਾ ਸੀਗਾ ਸੈਲੀਬ੍ਰਿਟੀ ਕਿਲਰ ਸੌਂਗ ਕੀਤਾ ਸੀ ਇਹਦੇ ਨਾਲ ਕਲੈਬਰੇਸ਼ਨ ਉਹਨਾਂ ਨੇ ਕਰੀ ਸੀਗੀ ਤਾਂ ਇਹਦਾ ਵੀ ਸੁਪਨਾ ਸੀ ਵੀ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਉਹਨੇ ਨਾਈਜੀਰੀਅਨ ਗਾਣੇ ਦੇ ਵਿੱਚ ਕੰਮ ਕੀਤਾ ਔਰ ਇਹ ਸ਼ੁਭਦੀਪ ਨਾਲ ਪੰਜਾਬੀ ਗਾਣੇ 'ਚ ਕੰਮ ਕਰ ਚੁੱਕਿਆ ਇਸ ਤਰ੍ਹਾਂ ਦੋਨੇ ਸੱਭਿਅਤਾਵਾਂ ਦਾ ਮੇਲ ਇੱਕ ਦੋਵੇਂ ਕਲਚਰ ਇੱਕ ਦੂਸਰੀ ਕੰਟਰੀ ਨੂੰ ਵਿਖਾਉਣ ਲਈ ਇਸ ਗੱਲ ਦਾ ਮਦਦ ਮਿਲਦੀ ਹੈ।